ਇਹ ਜੋ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਇਹ ਫਾਜ਼ਿਲਕਾ ਦੇ ਬੱਸ ਸਟੈਂਡ ਦੀਆਂ ਹਨ ਅਤੇ ਇਹ ਫਾਜ਼ਿਲਕਾ ਬੱਸ ਸਟੈਂਡ ਤੇ ਬਣੇ ਪਖਾਨਿਆਂ ਦੀਆਂ ਤਸਵੀਰਾਂ ਹਨ। ਇਹ ਪਖਾਨੇ ਰੋਡਵੇਜ ਕਰਮਚਾਰੀਆਂ ਲਈ ਵਰਤੇ ਜਾਂਦੇ ਹਨ। ਉਹ ਇੱਥੇ ਨਹਾਉਂਦੇ ਧੋਂਦੇ ਹਨ ਅਤੇ ਇਸ਼ਨਾਨ ਕਰਨ ਤੋਂ ਇਲਾਵਾ ਇੱਥੇ ਪਖਾਨਿਆਂ ਨੂੰ ਵੀ ਵਰਤਦੇ ਹਨ। ਇੱਥੇ ਇਹ ਹਾਲਾਤ ਹਨ, ਨਾ ਹੀ ਇੱਥੇ ਕੋਈ ਟੂਟੀ ਹੈ ਅਤੇ ਨਾ ਹੀ ਕੋਈ ਸਫਾਈ ਅਤੇ ਨਾ ਹੀ ਪਾਣੀ। ਅਤੇ ਇਹ ਦੂਸਰੇ ਪਖਾਨੇ ਹਨ ਪਬਲਿਕ ਟੋਇਲਟ, ਜਿੱਥੇ ਗੰਦਗੀ ਦੇ ਅੰਬਾਰ ਲੱਗੇ ਹੋਏ ਹਨ। ਧੋਣ ਲਈ ਵਾਸ਼ਬੇਸ਼ਨ ਵੀ ਨਹੀਂ ਹੈ ਅਤੇ ਟੂਟੀ ਵੀ ਨਹੀਂ ਹੈ ਅਤੇ ਜਿੱਥੇ ਪਾਣੀ ਸ਼ਰੇਆਮ ਵਗ ਰਿਹਾ ਹੈ। ਇਸ ਵੱਲ ਰੋਡਵੇਜ ਦਾ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਬੱਸ ਸਟੈਂਡ ਦੇ ਅੰਦਰ ਵੜੀਏ ਤਾਂ ਵਰਕਸ਼ਾਪ ਬ੍ਰਾਂਚ ਦੇ ਸਾਹਮਣੇ ਇਹ ਬਣੇ ਪਖਾਨਿਆਂ ਦੇ ਤਰਸਯੋਗ ਹਾਲਾਤ ਹਨ, ਜਿੱਥੇ ਨਸ਼ੇ ਦੀਆਂ ਖਾਲੀ ਬੋਤਲਾਂ ਵੀ ਪਈਆਂ ਹਨ। ਅੱਜ ਜਦ ਇਸ ਸੰਬੰਧ ਵਿੱਚ ਫਾਜ਼ਿਲਕਾ ਰੋਡਵੇਜ ਡਿਪੂ 'ਤੇ ਫਿਰੋਜ਼ਪੁਰ ਦੇ GM ਸ਼੍ਰੀ ਅਰੋੜਾ ਅਤੇ ਉਹਨਾਂ ਨਾਲ ਚੰਡੀਗੜ੍ਹ ਤੋਂ ਸ਼੍ਰੀ ਸੂਦ ਪੁੱਜੇ ਤਾਂ ਉਹਨਾਂ ਨਾਲ ਇਸ ਦੇ ਵਿੱਚ ਜਾਣਕਾਰੀ ਹਾਸਿਲ ਕਰਨ ਵਾਸਤੇ ਗੱਲਬਾਤ ਕਰਨੀ ਚਾਹੀ ਤਾਂ ਉਹ ਇਸ ਬਾਰੇ ਕੁਝ ਵੀ ਨਹੀਂ ਬੋਲੇ ਅਤੇ ਇੱਥੋਂ ਕਾਰ 'ਤੇ ਬਹਿ ਕੇ ਹੋਏ ਚੱਲਦੇ ਹੋਏ ਨਜ਼ਰ ਆਏ। ਅਤੇ ਇਸ ਸੰਬੰਧ ਵਿੱਚ ਜਦ ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੀ ਸਰਕਾਰ ਹੈ, ਆਮ ਲੋਕਾਂ ਨੂੰ ਸੁੱਖ ਸੁਵਿਧਾ ਦੇਣਾ ਸਰਕਾਰੀ ਅਧਿਕਾਰੀਆਂ ਦਾ ਕੰਮ ਹੈ। ਜੇਕਰ ਕੋਈ ਅਧਿਕਾਰੀ ਆਪਣੀ ਡਿਊਟੀ ਵਿੱਚ ਕੁਤਾਹੀ ਕਰ ਰਿਹਾ ਹੈ ਤਾਂ ਉਹ ਉਸ ਪ੍ਰਤੀ ਪੂਰਾ ਜਵਾਬਦੇਹ ਹੋਏਗਾ ਅਤੇ ਉਸ ਖਿਲਾਫ਼ ਵਿਭਾਗੀਆ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਇਹ ਵੇਖਣਾ ਹੈ ਕਿ ਸ਼੍ਰੀ ਅਰੋੜਾ ਜੋ ਫਾਜ਼ਿਲਕਾ ਵਿੱਚ ਆਏ ਸੀ, ਜਿੱਥੇ ਇਹ ਬੈਠੇ ਸੀ ਵਰਕਸ਼ਾਪ ਬ੍ਰਾਂਚ ਦੇ, ਉਹਦੇ ਬਿਲਕੁਲ ਸਾਹਮਣੇ ਬਣੇ ਪਖਾਨਿਆਂ ਦੀ ਹਾਲਤ ਵੀ ਵੇਖ ਰਹੇ ਸੀ, ਪਰ ਉਸ ਵੱਲ ਕੋਈ ਵੀ ਧਿਆਨ ਦੇਣ ਦੀ ਬਜਾਏ ਗੱਡੀ ਵਿੱਚ ਬਹਿ ਕੇ ਭੱਜਦੇ ਨਜ਼ਰ ਆਏ। ਤਾਂ ਉਹਨਾਂ 'ਤੇ ਹੁਣ ਵਿਭਾਗ ਵੱਲੋਂ ਕੀ ਕਾਰਵਾਈ ਹੋਵੇਗੀ ਅਤੇ ਕੀ ਫਾਜ਼ਿਲਕਾ ਦੇ ਬੱਸ ਸਟੈਂਡ ਦੇ ਜੋ ਹਾਲਾਤ ਹਨ, ਤਰਸਯੋਗ ਹਾਲਾਤ ਹਨ, ਉਹਨਾਂ ਵਿੱਚ ਕੋਈ ਸੁਧਾਰ ਆਏਗਾ? ਇਹ ਤਾਂ ਸਮਾਂ ਹੀ ਦੱਸੇਗਾ। ਬਾਕੀ ਤੁਹਾਨੂੰ ਜੋ ਕੁਛ ਨਜ਼ਰ ਆਏਗਾ ਉਹ ਸਾਡੀ ਸਕਰੀਨ 'ਤੇ ਹੈ। ਕੋਈ ਗੱਲ ABN न्यूज़ चैनल देखने वाले सभी दर्शकों से हम अपील करते हैं कि ABN न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।